ਜਲਦੀ ਆ ਗਿਆ ਇੱਥੇ ਪੰਜ ਰੋਜ਼ ਯੇ ਗਜ਼ਲ ਹਜ਼ੂਰ ਮਹਾਰਾਜ ਜੀ ਕੀ ਹੈ ਜੋ ਕਿ ਆਪਣੇ ਜ਼ੁਬਾਨੇ ਮੁਬਾਰਕ ਤੇ ਫਰਮਾਈ ਗਈ ਹੈ। ਯਾਰੋ ਯਾਰ ਸਾਡਾ ਵਜ਼ੂਦੀ ਉਤਰਿਆ ਸਾਨੂੰ ਕੱਢਿਆ ਵਜ਼ੂਦ ਕਬਰ ਤੋਂ ਯਾਰੋ ਯਾਰ ਸਾਡਾ ਉਤਰਿਆ ਸਾਨੂੰ ਕੱਢਿਆ ਵਜ਼ੂਦ ਕਬਰ ਤੋਂ ਰੱਬ ਉਤੇ ਆਲਮ ਵਿੱਚ ਅਜਬ ਨਜ਼ਾਰਾ ਜੇ ਮਿਲਿਆ ਯਾਰ ਤੇ ਜਾਣੇ ਹਜ਼ਾਰਾਂ ਕਲਬ ਅਸਾਂ ਬਦਲੇ ਪਰ ਫਿਰ ਵੀ ਮੇਲ ਨਾ ਮਿਲਿਆ ਜਿਸ ਮਿਲਿਆ ਉਸ ਕਾਦਰ ਕੁਦਰਤ ਮਿਲ ਮੁਰਸ਼ਦ ਗੈਬ ਨੂੰ ਪਾਇਆ ਮਿਲ ਮੁਰਸ਼ਦ ਗੈਬ ਨੂੰ ਪਾਇਆ ਉਤਰਿਆ ਹੂਤ ਤੋਂ ਯਾਰ ਹੈ ਸਾਡਾ ਦੱਸਿਆ ਰਾਜ ਅੰਬਰ ਦਾਹੂ ਦੀਨ ਧਰਮ ਦੀ ਗਫਲਤ ਕੱਢੀ ਬਖਸ਼ਿਆ ਇਸ਼ਕ ਗਜਬ ਦਾਹੂ ਰਾਜ ਨੇ ਆਵਾਜ਼ ਰਾਜ ਦੀ ਦਿੱਤੀ ਕੋਈ ਮਿਲ ਮੁਰਸ਼ਦ ਭੇਦ ਪਛਾਣੇ ਰਾਜ ਨੇ ਆਵਾਜ਼ ਰਾਜ ਦੀ ਦਿੱਤੀ ਕੋਈ ਮਿਲੇ ਮੁਰਸ਼ਦ ਭੇਦ ਪਛਾਣੇ ਕੋਈ ਮਿਲੇ ਮੁਰਸ਼ਦ ਭੇਦ ਪਛਾਣੇ ਸਤਿਗੁਰੂ ਰਾਜ ਦਸਵੇਂ ਸਤਸੰਗ ਦੇ ਜ਼ਰੀਏ ਗੈਰ ਦੀਆਂ ਆਵਾਜ਼ਾਂ ਦੇਈ ਜਾਣ ਸਤਪੁਰਸ਼ਾਂ ਦੀ ਕਦਰ ਕਿਵੇਂ ਕੀਤੀ ਕਿਸੇ ਨੇ ਨਹੀਂ ਕੀਤੀ ਸਤਪੁਰਸ਼ ਸੰਸਾਰ ਦੇ ਵਿੱਚ ਆ ਕੇ ਇਤਨਾ ਦੁੱਖ ਉਠਾਇਆ ਲੋਕਾਂ ਨੇ ਕੀ ਦਿੱਤਾ ਉਹਨਾਂ ਨੂੰ
ਕਾਫਰ ਕਿਹਾ, ਸੂਈਆਂ 'ਤੇ ਚੜਾਇਆ ਹੈ, ਬੇਗਾਂ 'ਚ ਸੁੱਟਿਆ ਹੈ, ਹਾਥੀਆਂ ਅੱਗੇ ਸ਼ੇਰਾਂ ਦੇ ਅੱਗੇ ਸੁੱਟਿਆ ਹੈ। ਆਪ ਪੁਰਸ਼ ਕਬੀਰ ਸਾਹਿਬ ਵਰਗਿਆਂ ਨੇ ਜਿਨ੍ਹਾਂ ਨੇ ਕਿ ਚਾਰ ਯੁੱਗ ਦੇ ਵਿੱਚ ਉਹ ਆਪਣੇ ਆਏ, ਇਸੇ ਕਰਕੇ ਉਹਨਾਂ ਨੂੰ ਆਦਿ ਪੁਰਸ਼ ਕਹਿੰਦੇ ਨੇ। ਕਿਤਨੇ ਦੁੱਖ ਉਠਾਏ ਸਤਯੁਗ ਵਿੱਚ, ਤ੍ਰੇਤਾ ਵਿੱਚ, ਦੁਆਪਰ ਵਿੱਚ, ਔਰ ਕਲਯੁਗ ਵਿੱਚ ਕਬੀਰ ਸਾਹਿਬ ਬਣ ਕੇ ਆਏ। ਯਾਨੀ ਜੀਵ ਕੁਛ ਤੇ ਕਾਲ ਨੇ ਤੁਰੇ ਨੇ, ਕੁਛ ਉਹ ਆਪਣੇ ਆਪ ਕਾਲ ਦੇ ਅੰਦਰ ਜਾਂਦੇ ਨੇ। ਸਤਸੰਗ ਸੁਣ ਕੇ ਵੀ ਪ੍ਰਤੀਤ ਨਹੀਂ ਜਾਗਦੀ, ਕਿਉਂ ਨਹੀਂ ਜਾਗਦੀ? ਪੂਰੀ ਤਰ੍ਹਾਂ ਸੱਚਾ ਸ਼ਾਮ ਨਹੀਂ, ਪੂਰੀ ਤਰ੍ਹਾਂ ਸੱਚਾ ਸ਼ਾਮ ਕਿਉਂ ਨਹੀਂ? ਕਿਉਂਕਿ ਉਸ ਚੀਜ਼ ਦੀ ਉਹਨਾਂ ਨੂੰ ਪਿਆਸ ਨਹੀਂ। ਗੱਲਾਂ ਬੜੀਆਂ ਬੜੀਆਂ ਕਰਨਗੇ, ਗਿਆਨ ਬੜਾ ਬੜਾ ਵਿਗਾੜਨਗੇ, ਲੇਕਿਨ ਜਦ ਉਹ ਗੱਲ ਅਮਲ ਦੇ ਉੱਤੇ ਆਏਗੀ ਤੇ ਸੰਸਾਰੀ ਜੀਵਾਂ ਤੋਂ ਵੀ ਥੱਲੇ ਗਿਰੇ ਰਹੇ ਕਿ ਉਹਨਾਂ ਦੀ ਰਹਿਣੀ ਬਹਿਣੀ ਹਰਕਤ ਨੂੰ ਦੇਖ ਕੇ ਵੀ ਸ਼ਰਮ ਆਏ। ਸਤਸੰਗ ਸਾਰੇ ਅਸੀਂ ਹਫ਼ਤਿਆਂ ਦੇ ਵਿੱਚ, ਚਾਰ ਹਫ਼ਤਿਆਂ ਦਾ ਮਹੀਨਾ ਹੁੰਦਾ ਹੈ। ਤੁਹਾਨੂੰ ਪਹਿਲੇ ਖਾਂ ਮਹੀਨਾ ਤੁਸੀਂ ਰੋਟੀ ਨਹੀਂ ਖਾਣੀ, ਪਾਣੀ ਨਹੀਂ ਪੀਣਾ, ਤੁਸੀਂ ਮਹੀਨੇ 'ਚ ਹੀ ਤੁਸੀਂ ਕੈਂਡਾ ਮਸਾ ਕੱਟੋ। ਹੁਣ ਜਿਹੜੀਆਂ ਔਰਤਾਂ ਵਰਤ ਰੱਖਣੀ ਹੈ ਕੀ ਕਰਦੀਆਂ? ਹਰ ਰੋਜ਼ ਚਿੰਤਨ ਤਾਂ ਹੁੰਦਾ ਵੀ ਕਦੇ ਰੋਟੀ ਖਾਈਏ, ਕਦ ਚੰਦਰਮਾ ਨਿਕਲੇ, ਕਦ ਚੰਦਰਮਾ ਨਿਕਲੇ। ਤੇ ਚਾਂਦ ਜਿਹੜਾ ਪਤੀ ਨੇ ਤੇਰੇ ਸਾਹਮਣੇ ਬੈਠਾ ਹੈ, ਨਿਕਲਿਆ ਤਾਂ ਗਿਆ। ਉਹਦੇ ਜਿਹੜੀ ਹਾਠੀ ਹੈ, ਜ਼ਬਰਦਸਤੀ ਹੈ, ਰੀਤੀ ਰਿਵਾਜ਼ਾਂ ਦੇ ਵਿੱਚ ਦੱਬਿਆ ਗਿਆ ਆਦਮੀ। ਸੰਸਾਰ ਦੇ ਵਿੱਚ ਸਤਪੁਰਸ਼ਾਂ ਨੇ ਚੁਲਾ ਚੁਲਾ ਕੇ ਕਿਹਾ ਹੈ ਕਿ ਉਹ ਮਾਲਕ ਜਿਹੜਾ ਹੈ ਤੇਰੇ ਅੰਦਰ ਹੀ ਹੈ। ਉਹ ਸਤਪੁਰਸ਼ ਮੁਸਲਮਾਨ ਵੀ ਹੋਏ ਨੇ, ਹਿੰਦੂ ਵੀ ਹੋਏ ਨੇ, ਸਿੱਖ ਵੀ ਹੋਏ ਨੇ, ਹਰ ਜਾਤ ਦੇ ਹੋਏ ਨੇ, ਹਰ ਜਗ੍ਹਾ ਤੇ ਹੋਏ ਨੇ, ਹਰ ਕੰਮ ਦੇ ਹੋਏ ਨੇ। ਸਭ ਦਾ ਇੱਕੋ ਹੀ ਉਪਦੇਸ਼ ਵੀ ਹੈ ਕਿ ਮਾਲਕ ਤੇਰੇ ਅੰਦਰ ਹੈ, ਮਿਲਦੇ ਰੂਪ ਵਿੱਚ, ਔਰ ਤੈਨੂੰ ਮਿਲਣਾ ਨਹੀਂ ਆਉਂਦੀ ਹੈ ਅੰਦਰ। ਕਾਇਆ ਅੰਦਰ ਆਪ ਵਸੇ, ਅਲਖ ਨਾ ਜਾਏ ਲਖਿਆ, ਮਨ ਮਦਦ ਦੂਜੇ ਨਾਲ ਬਾਹਰ ਪਾਲਣ ਜਾਏ। ਕਾਇਆ ਦੇ ਅੰਦਰ, ਸਰੀਰ ਦੇ ਅੰਦਰ ਗੁਰਬਾਣੀ ਪੈਂਦੀ ਹੈ, ਉਹ ਅਲਖ ਜਿਵੇਂ ਅੱਖਾਂ ਨਹੀਂ ਦੇ ਸਕਦੀਆਂ, ਉਹ ਵਰਤਾ ਪਿਆ ਹੈ। ਮਨ ਮਦਦ, ਉਹ ਮੂਰਖ ਮਨ ਸਹਿਜਦਾ ਨਹੀਂ ਹੈ, ਫਿਰ ਬਾਹਰ ਪੈਂਦਾ, ਫਿਰ ਬਾਹਰ ਪੈਂਦਾ, ਫਿਰ ਬਾਹਰ ਪੈਂਦਾ। ਜੋ ਆਦਮੀ ਪਲੈਨਿੰਗ ਨਾਲ ਚੱਲੇ, ਸਿਸਟਮ ਨਾਲ ਚੱਲੇ, ਤੇ ਉਹਦਾ ਸੰਸਾਰ ਦੇ ਵੀ ਕੰਮ ਹੋ ਜਾਂਦੇ ਨੇ, ਤੇ ਉਹ ਪਰਮਾਰਥ ਦੇ ਵੀ ਹੋ ਜਾਂਦੇ ਨੇ। ਜੇ ਉਹ ਸਤਸੰਗ ਵਾਲੀ ਦਿੱਲੀ ਆਪਣੇ ਪ੍ਰੋਗਰਾਮ ਬਣਾ ਲਏ, ਦੂਜੇ ਸਾਫ਼ ਕਹਿ ਸਕਦੇ ਨੇ ਸਤਸੰਗ ਜੀ ਕਿ ਮੇਰਾ ਇਸ ਦਿਨ ਤਾਂ ਮੇਰਾ ਇੰਨਾ ਬਿਜ਼ੀ ਨੇ, ਮੈਨੂੰ ਟਾਈਮ ਨਹੀਂ, ਲੇਕਿਨ ਨਹੀਂ, ਉਹ ਕਹਿੰਦੇ ਚਲੋ ਵੀ ਚੰਗਾ ਹੈ,